पंजाब दे मुलाजमा ने वित्त मंत्री मनप्रीत सिंह बादल खिलाफ मोर्चा खोल लिया। मनप्रीत सिंह बादल दे मुलाजमा नू केंद्र तो वध स्केल देन दे दावे नू झूठ दसदिया होया रोज जाहर किया है। तुहानू दस दिए कि मुलाजमान नू केंद्र तो 40% घट तनखाह मिलदियां ने। यह कहना है मुलाजम आगू का। मुलाजम पेंशनर्स फ्रंट ने फरवरी के दूजे हफ्ते मोहाली दे विच सूबा पद्धरी रैली करन दा ऐलान कर दिता है। कांग्रेसी विधायकां ते मंत्रियां दीआं कोठियां वल रोस मार्च करन दा ऐलान इन्हां मुलाजमां दे वल्लों कीता गया है। पीडीसी न्यूज़ ने वित्त मंत्री दी मुलाजमां प्रति सोच दा खुलासा कीता सी। और एक बार फिर तो तुहानू अहम ते वड्डी खबर तुहानू दस दिए, पंजाब दे मुलाजमान ने वित्त मंत्री मनप्रीत सिंह बादल दे खिलाफ मोर्चा खोल लिया है। इस खबर ते साडे सहयोगी तरलोचन सिंह बन चुके ने, उन्हां दा रुख कर लैने आ। तरलोचन सिंह, इस पूरे मामले दे विच तुहाडे कोल की कुछ अपडेट्स ने? ਕਾਵੀ ਦਰਅਸਲ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀ, ਜਦੋਂ ਉਹਨਾਂ ਨੂੰ ਉਹਨਾਂ ਕੋਲੋਂ ਇਹ ਸਵਾਲ ਕੀਤਾ ਵੀ ਤਨਖਾਹ ਕਮਿਸ਼ਨ ਕੀਤੇ ਵਾਅਦੇ ਅਨੁਸਾਰ ਕਦੋਂ ਦੇ ਰਹੇ ਜੇ ਔਰ ਮੁਲਾਜ਼ਮਾਂ ਨੂੰ ਡੀਏ ਦੀਆਂ ਕਿਸ਼ਤਾਂ ਕਦੋਂ ਦੇ ਰਹੇ ਜੇ, ਤੇ ਉਹਨਾਂ ਨੇ ਕਿਹਾ ਸੀ ਪੰਜਾਬ ਦੇ ਮੁਲਾਜ਼ਮ ਪਹਿਲਾਂ ਹੀ ਭਾਰਤ ਸਰਕਾਰ ਦੇ ਮੁਲਾਜ਼ਮਾਂ ਤੋਂ 15-25% ਵੱਧ ਤਨਖਾਹਾਂ ਲੈ ਰਹੇ ਨੇ। ਉਹ ਜਦੋਂ ਡੀਏ ਦੀ ਗੱਲ ਕੀਤੀ ਸੀ ਤੇ ਉਹਨਾਂ ਗੋਲਮੋਲ ਕਰ ਦਿੱਤੀ ਸੀ ਔਰ ਉਹਦੇ ਵਿਰੋਧ ਵਿੱਚ ਪੰਜਾਬ ਦੇ ਮੁਲਾਜ਼ਮ ਪੈਨਸ਼ਨਰ ਜਿਹੜਾ ਸਾਂਝਾ ਫਰੰਟ ਹੈ ਉਹਨੇ ਕਿਹਾ ਵੀ ਮਨਪ੍ਰੀਤ ਬਾਦਲ ਹੋਣਾ ਕੋਰਾ ਝੂਠ ਬੋਲਿਆ ਕਿਉਂਕਿ ਪੰਜਾਬ ਦੇ ਮੁਲਾਜ਼ਮਾਂ ਨੂੰ 40% ਘੱਟ ਤਨਖਾਹਾਂ ਦੇ ਰਹੀ ਹੈ ਸਰਕਾਰ। ਉਹਨਾਂ ਦਾ ਇਹ ਕਲੇਮ ਹੈ ਵੀ ਪੰਜਾਬ ਸਰਕਾਰ ਨੇ ਜਿੱਥੇ ਡੀਏ ਦੀਆਂ ਕਈ ਕਿਸ਼ਤਾਂ ਰੋਕੀਆਂ ਨੇ ਉੱਥੇ ਹਜ਼ਾਰਾਂ ਮੁਲਾਜ਼ਮਾਂ ਨੂੰ ਬੇਸਿਕ ਪੇ ਤੇ ਰੱਖਿਆ ਜਾ ਰਿਹਾ ਔਰ ਮਨਪ੍ਰੀਤ ਨੇ ਝੂਠ ਬੋਲਿਆ। ਉਹਦੇ ਵਿਰੁੱਧ ਸਾਂਝੇ ਫਰੰਟ ਨੇ ਫਰਵਰੀ ਦੇ ਦੂਸਰੇ ਹਫ਼ਤੇ ਮੋਹਾਲੀ ਵਿੱਚ ਸਫਾਈ ਰੈਲੀ ਕਰਨ ਦਾ ਐਲਾਨ ਕੀਤਾ ਔਰ ਨਾਲ ਦੀ ਨਾਲ ਥ੍ਰੈਟ ਕੀਤਾ ਹੈ, ਧਮਕੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਸਮੂਹ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਦੀਆਂ ਕੋਠੀਆਂ ਵੱਲ ਮਾਰਚ ਕਰਕੇ ਰੋਸ ਪ੍ਰਗਟ ਕੀਤੇ ਜਾਣਗੇ। ਜੀ ਤਰਲੋਚਨ ਜੀ, ਬਹੁਤ ਬਹੁਤ ਸ਼ੁਕਰੀਆ ਇਸ ਤਮਾਮ ਜਾਣਕਾਰੀ ਦੇ ਲਈ। ਸੋ ਮਨਪ੍ਰੀਤ ਬਾਦਲ ਤੇ ਮੁਲਾਜ਼ਮਾਂ ਨੂੰ ਕੇਂਦਰ ਤੋਂ ਵੱਧ ਸਕੇਲ ਦੇਣ ਦੇ ਵਾਅਦੇ ਨੂੰ ਝੂਠਾ ਕਰਾਰ ਦੱਸ ਰਹੇ ਨੇ ਮੁਲਾਜ਼ਮ, ਤੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਦੇ ਵੱਲੋਂ ਕਾਂਗਰਸੀ ਆਗੂਆਂ ਦਾ ਵਿਰੋਧ ਕੀਤਾ ਜਾਵੇਗਾ, ਉਹਨਾਂ ਦੀਆਂ ਕੋਠੀਆਂ ਦੇ ਬਾਹਰ ਰੋਸ ਮੁਜ਼ਾਹਰੇ ਕੀਤੇ ਜਾਣਗੇ।